ਅਜੇ ਮਿਸ਼ਰਾ ਨੇ ਆਪਦੇ ਮੁੰਡੇ ਨੂੰ ਖੋਲ ਦਿੱਤੀ। ਉਹਨੇ ਗੁੰਡਾਗਰਦੀ ਕਰਦਿਆਂ ਹੋਇਆ ਸਾਡੇ ਚਾਰ ਕਿਸਾਨ ਯੋਧੇ ਸ਼ਹੀਦ ਕੀਤੇ, ਇੱਕ ਸਾਡਾ ਸਤਿਕਾਰਯੋਗ ਪੱਤਰਕਾਰ ਸ਼ਹੀਦ ਕੀਤਾ। ਕਿਉਂਕਿ ਭਾਰਤ ਦਾ ਪੂਰਾ ਜਿਹੜਾ ਬੱਚਾ ਬੱਚਾ ਹੁਣ ਜਾਗ ਚੁੱਕਾ ਵਾ, ਹਰ ਵਰਗ ਜਾਗਰਤ ਵਾ, ਕਦੀ ਵੀ ਇਹ ਦੇਸ਼ ਨੂੰ ਫਿਰ ਤੋਂ ਗੁਲਾਮ ਨਹੀਂ ਹੋਣ ਦੇਣਗੇ। ਸਾਡੀ ਸਤਿਕਾਰਯੋਗ ਪੁਲਿਸ ਫੋਰਸ ਪੰਜਾਬ ਪੁਲਿਸ ਨੂੰ ਜਿਹੜਾ ਵਾ, ਇੱਕ ਐਂ ਕਹੂੰਗਾ ਅਤ ਨਿੰਦਨੀ ਭੰਡਣ ਯੋਗ ਇਹਨਾਂ ਨੇ ਕਾਰਾ ਕੀਤਾ ਵਾ। ਜੇ ਕਿਤੇ ਉਹਨਾਂ ਨੂੰ ਇਮਾਨਦਾਰੀ ਤੋਂ ਪਾਸੇ ਕਰ ਰਹੇ ਆ ਤੇ ਉਹ ਨੇਤਾ ਲੋਕ ਕਰ ਰਹੇ ਆ। ਜੇ ਕਿਤੇ ਪੁਲਿਸ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇ ਤੇ ਪੁਲਿਸ ਕਦੀ ਵੀ ਕਿਸੇ ਨਾਲ ਗਲਤ ਨਹੀਂ ਆਉਂਦੀ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਮਾਰੂ ਬਿੱਲਾਂ ਕਰਕੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਆ। ਬਾਰਡਰਾਂ ਉੱਪਰ ਕਿਸਾਨ ਜਥੇਬੰਦੀਆਂ ਆਪਾਂ ਆਪਣੇ ਡੇਰੇ ਜਮਾ ਕੇ ਬੈਠੇ ਹਾਂ, ਲੇਕਿਨ ਸਰਕਾਰ ਵੱਲੋਂ ਹਾਲੇ ਤੱਕ ਇਹ ਨਾ ਤਾਂ ਬਿੱਲ ਰੱਦ ਕੀਤੇ ਗਏ ਆ, ਨਾ ਹੀ ਇਸ ਬਾਰੇ ਕੋਈ ਵਿਚਾਰ ਵਟਾਂਦਾ ਕੀਤਾ ਜਾ ਰਿਹਾ ਵਾ, ਜਿਸ ਕਾਰਨ ਜਿਹੜੇ ਕਿਸਾਨ 700 ਦੇ ਉੱਪਰ ਜਿਹੜੇ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ, ਲੇਕਿਨ ਹਾਲੇ ਤੱਕ ਜਿਹੜੀ ਮੋਦੀ ਸਰਕਾਰ ਹਾਲੇ ਤਸ ਤੋਂ ਮਸ ਨਹੀਂ ਹੋ ਰਹੀ। ਗੱਲ ਕਰਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਜੀ ਨਾਲ, ਜਿਹੜੇ ਅੱਜ ਇੱਥੇ ਡੀਸੀ ਦਫ਼ਤਰ ਦੇ ਬਾਹਰ ਰਾਵਣ ਜਗ੍ਹਾ 'ਤੇ ਮੋਦੀ ਦੇ ਅਤੇ ਅੰਬਾਨੀ ਅਡਾਨੀ ਦੇ ਪੁਤਲੇ ਸਾੜ ਕੇ ਆਪਣਾ ਰੋਸ ਮੁਜ਼ਾਹਰਾ ਕਰ ਰਹੇ। ਸਰ, ਕੀ ਕਹਿਣਾ ਚਾਹੋਗੇ ਸਭਰਾ ਸਾਹਿਬ ਜਿਹੜਾ ਅੱਜ ਤੁਸੀਂ ਆਪਣਾ ਪ੍ਰੋਟੈਸਟ ਜਾਰੀ ਕਰਨ ਲੱਗੇ? ਦੇਖੋ ਜੀ, ਇਹ ਪ੍ਰੋਟੈਸਟ ਪੂਰੇ ਦੇਸ਼ ਦੇ ਵਿੱਚ ਵਾ। ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰੀ ਆ, ਅਜੇ ਮਿਸ਼ਰਾਂ ਨੇ ਆਪਦੇ ਮੁੰਡੇ ਨੂੰ ਖੋਲ੍ਹ ਦਿੱਤੀ, ਉਹਨੇ ਗੁੰਡਾਗਰਦੀ ਕਰਦਿਆਂ ਹੋਇਆ ਸਾਡੇ ਚਾਰ ਕਿਸਾਨ ਯੋਧੇ ਸ਼ਹੀਦ ਕੀਤੇ, ਇੱਕ ਸਾਡਾ ਸਤਿਕਾਰਯੋਗ ਪੱਤਰਕਾਰ ਸ਼ਹੀਦ ਕੀਤਾ। ਲੋਕਾਂ ਦੇ ਰੋਹ ਨੂੰ ਵੇਖਦਿਆਂ ਹੋਇਆ ਜਾਂਚ ਦੇ ਘੇਰੇ ਦੇ ਵਿੱਚ ਲਿਆ ਕੇ ਉਹਨੂੰ ਗ੍ਰਿਫਤਾਰ ਕੀਤਾ ਮੁੰਡੇ ਨੂੰ, ਪਰ ਅਮਿਤ ਸ਼ਾਹ ਉਹਨੂੰ ਅਜੇ ਮਿਸ਼ਰਾਂ ਨੂੰ ਅਜੇ ਵੀ ਛੱਡਿਆ ਜਾ ਰਿਹਾ ਵਾ, ਜਦੋਂ ਕਿ ਉਹ ਮੁੱਖ ਦੋਸ਼ੀ ਉਹ ਆ 120B ਉੱਤੇ ਲੱਗਦੀ ਆ, ਔਰ ਉਹਨੂੰ ਬਰਖਾਸਤ ਕਰਕੇ ਮੰਤਰੀ ਮੰਡਲ ਵਿੱਚੋਂ ਜੇਲ੍ਹ ਦੇ ਵਿੱਚ ਸੁੱਟਿਆ ਜਾਵੇ, ਸਾਡੀ ਇਹ ਮੰਗ ਵਾ। ਔਰ ਇਹਨਾਂ ਖੇਤੀ ਕਾਨੂੰਨਾਂ ਨੂੰ ਜਿਹੜੀ ਲਾਗੂ ਕਰਨ ਦੀ ਸਰਕਾਰ ਸੋਚ ਰਹੀ ਆ, ਇਹ ਸੁਪਨੇ ਲੈਣੇ ਸਰਕਾਰ ਛੱਡ ਦੇਵੇ, ਕਿਉਂਕਿ ਭਾਰਤ ਦਾ ਪੂਰਾ ਜਿਹੜਾ ਬੱਚਾ ਬੱਚਾ ਹੁਣ ਜਾਗ ਚੁੱਕਾ ਵਾ, ਹਰ ਵਰਗ ਜਾਗਰਤ ਵਾ, ਕਦੀ ਵੀ ਇਹ ਦੇਸ਼ ਨੂੰ ਫਿਰ ਤੋਂ ਗੁਲਾਮ ਨਹੀਂ ਹੋਣ ਦੇਣਗੇ। ਕਿਉਂਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਪਹਿਲਾਂ MSP ਗਈ ਆ ਜਾਂ ਖੇਤੀ ਮੰਡੀ ਟੁੱਟੀ ਆ, ਉਹਨਾਂ ਦੇ ਹਾਲਾਤ ਹੁਣ ਸਾਰੇ ਲੋਕਾਂ ਨੇ ਸਮਝ ਲਿਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ, ਯੂਰਪ ਕੰਟਰੀਆਂ ਦੇ ਲੋਕ ਰੋ ਰੋ ਕੇ ਇਹ ਗੱਲ ਦੱਸ ਰਹੇ ਆ ਵੀ 40 ਸਾਲ ਪਹਿਲਾਂ ਜਦੋਂ ਸਾਡੇ ਤੋਂ ਸਾਡੀ ਖੇਤੀ ਖੋਈ ਸੀ ਉਦੋਂ ਸਾਨੂੰ ਵੀ ਬੜੇ ਸਬਜ਼ਵਾਬ ਖਾਏ ਸੀ, ਪਰ ਅੱਜ ਸਾਨੂੰ ਪਤਾ ਨਹੀਂ ਸੀ ਕਿਸਾਨ ਵਾਂ ਕਿ ਕੌਣ ਵਾ, ਅਸੀਂ ਕਿਸਾਨ ਖੋਣ ਦੇ ਹੱਕ ਤਾਂ ਡਏ। ਇਹੋ ਹਾਲਾਤ ਜਿਹੜੇ ਆ ਉਹ ਦੇਸ਼ ਦੇ ਵਿੱਚ ਕਰਨਾ ਚਾਹੁੰਦੇ ਆ ਭਾਰਤ ਦੇ ਵਿੱਚ, ਇਹ ਕਦੀ ਵੀ ਭਾਰਤ ਦੇ ਲੋਕ ਨਹੀਂ ਆਉਣ ਦੇਣਗੇ। ਸਰ, ਜਿਹੜਾ ਕੇਂਦਰ ਸਰਕਾਰ ਨੇ ਜਿਹੜੀ 15 ਕਿਲੋਮੀਟਰ ਦੇ ਵਿੱਚ ਫੌਜ ਦੀ ਐਂਟਰੀ ਤੋਂ ਬਾਅਦ ਅੱਜ 50 ਕਿਲੋਮੀਟਰ ਤੱਕ ਕਰਤੀ ਆ, ਤਰਨ ਦਾ ਜ਼ਿਲ੍ਹੇ ਵਿੱਚ ਆ ਜਾਂਦਾ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹਦੀ ਅਸੀਂ ਜ਼ੋਰਦਾਰ ਸ਼ਬਦਾਂ ਦੀ ਨਿਖੇਧੀ ਕਰਦੇ ਹਾਂ ਵੀ ਬਹੁਤ ਗਲਤ ਹੋਇਆ ਵਾ। 15 ਕਿਲੋਮੀਟਰ ਦੇ ਵਿੱਚ ਕੀ ਲੱਲੇ ਲਾ ਰਹੇ? ਜਿੰਨੀ ਦੇਰ ਤੱਕ ਸਰਕਾਰ ਇਮਾਨਦਾਰ ਨਹੀਂ ਹੁੰਦੀ, ਨੇਤਾ ਅਭਨੇਤਾ ਇਮਾਨਦਾਰ ਨਹੀਂ ਹੁੰਦੇ, ਇੱਥੋਂ ਦਾ ਸ਼ਾਸਨ ਪ੍ਰਸ਼ਾਸਨ ਇਮਾਨਦਾਰ ਨਹੀਂ ਹੁੰਦਾ, ਉਨੀ ਦੇਰ ਬੇਸ਼ੱਕ ਭਾਵੇਂ ਸਾਰੇ ਦੇਸ਼ 'ਚ ਵੀ ਫੌਜੀ ਰਾਜ ਕਰ ਦੇਣ, ਨਹੀਂ ਕੁਛ ਹੋ ਸਕਣਾ। ਪਹਿਲਾਂ ਨੇਤਾ ਅਭਨੇਤਾ ਸ਼ਾਸਨ ਪ੍ਰਸ਼ਾਸਨ ਇਮਾਨਦਾਰ ਹੋਵੇ, ਫਿਰ ਇਹ ਗੱਲ ਬਣੂਗੀ। ਇਸ ਕਰਕੇ ਲੋਕਾਂ ਨਾਲ ਧੱਕਾ ਵਾ, ਕਿਉਂਕਿ ਉਹ ਦੂਜੀਆਂ ਸਟੇਟਾਂ ਤੋਂ ਆਉਣ ਵਾਲੇ BSA ਮੁਲਾਜ਼ਮ ਕਿਸੇ ਦੀ ਵੀ ਮੁਖਬਰੀ ਦੇ ਉੱਤੇ ਕਿਸੇ ਨੂੰ ਕਹਿਣ ਦੇ ਉੱਤੇ ਨਜਾਇਜ਼ ਲੋਕਾਂ ਦੇ ਘਰੇ ਛਾਪਾਮਾਰੀ ਕਰਨਗੇ, ਔਰ ਜੋ ਕੁਝ ਉਹਨਾਂ ਦਾ ਕੋਈ ਛੱਲੀ ਪੂਣੀ, ਕੋਈ ਗਹਿਣਾ ਗੱਟਾ, ਕੋਈ ਪੈਸਾ ਟੱਕਾ ਹੋਇਆ ਉਹ ਗਾਇਬ ਹੋ ਜਾਊਗਾ, ਕਿਤੇ ਕੋਈ ਦਾਦ ਫਰਿਆਦ ਨਹੀਂ ਹੋਊਗੀ। ਇਹਦੇ 'ਤੇ ਪੂਰੇ ਪੰਜਾਬ ਦੇ ਲੋਕਾਂ ਦਾ ਜਿਹੜਾ ਵਿਰੋਧ ਆ ਉਹ ਜਾਰੀ ਆ। ਇਹਨੂੰ ਮਤਲਬ ਜਿਹੜਾ ਸਰਕਾਰ, ਅਸੀਂ ਕਹਿੰਦੇ ਵੀ ਛੇਤੀ ਛੇਤੀ ਆਪਣੇ ਇਸ ਹੁਕਮ ਨੂੰ ਵਾਪਸ ਲਵੇ। ਪੰਜਾਬ ਦੀ ਜਿਹੜੀ ਪੁਲਿਸ ਇੰਨੀ ਨਿਕੰਮੀ ਹੋ ਚੁੱਕੀ ਹੈ, ਜਿਹੜੀ ਪੰਜਾਬ ਦੀ ਬਾਰਡਰ ਜਿਹੜਾ ਫੌਜ ਲਗਾਈ ਜਾ ਰਹੀ ਹੈ? ਸਾਡੀ ਸਤਿਕਾਰਯੋਗ ਪੁਲਿਸ ਫੋਰਸ ਪੰਜਾਬ ਪੁਲਿਸ ਨੂੰ ਜਿਹੜਾ ਵਾ, ਇੱਕ ਐਂ ਕਹੂੰਗਾ ਅਤ ਨਿੰਦਨੀ ਭੰਡਣ ਯੋਗ ਇਹਨਾਂ ਨੇ ਕਾਰਾ ਕੀਤਾ ਵਾ, ਕਿਉਂਕਿ ਪੰਜਾਬ ਦੀ ਫੋਰਸ ਇਮਾਨਦਾਰ ਸੀ, ਇਮਾਨਦਾਰ ਹੈ ਆ। ਜੇ ਕਿਤੇ ਉਹਨਾਂ ਨੂੰ ਇਮਾਨਦਾਰੀ ਤੋਂ ਪਾਸੇ ਕਰ ਰਹੇ ਆ ਤੇ ਉਹ ਨੇਤਾ ਲੋਕ ਕਰ ਰਹੇ ਆ, ਉਹ ਮੰਤਰੀ ਲੋਕ ਕਰ ਰਹੇ ਆ, ਉਹਨਾਂ ਨੂੰ ਇਮਾਨਦਾਰੀ ਨਹੀਂ ਕਰਨ ਦੇ। ਜੇ ਕਿਤੇ ਪੁਲਿਸ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇ ਤੇ ਪੁਲਿਸ ਕਦੀ ਵੀ ਕਿਸੇ ਨਾਲ ਗਲਤ ਨਹੀਂ ਆਉਂਦੀ। ਬਹੁਤ ਇਮਾਨਦਾਰ ਅਫਸਰ ਨੇ, ਬਹੁਤ ਇਮਾਨਦਾਰ ਸਾਡੇ ਮੁਲਾਜ਼ਮ ਨੇ ਜਿਹੜੇ ਸਹੀ ਕਰਨਾ ਚਾਹੁੰਦੇ ਨੇ, ਪਰ ਉਹਨਾਂ ਨੂੰ ਸਿਆਸੀ ਲੋਕ ਕਰ ਨਹੀਂ ਦੇ ਰਹੇ। ਕੀ ਫੌਜ ਨੂੰ 50 ਕਿਲੋਮੀਟਰ ਏਰੀਆ ਦੇਣ ਨਾਲ ਜਿਹੜੀ ਆ ਸਰਹੱਦਾਂ ਤੋਂ ਜਿਹੜੀ ਡਰੋਨ ਆ ਰਿਹਾ ਜਾਂ ਜੇ ਨਸ਼ਾ ਖੇਪ ਆ ਰਹੀ ਆ, ਇਹ ਰੁਕੀ ਜਾਊਗੀ? ਵੇਖੋ ਜੀ, ਇਹ ਪਹਿਲਾਂ ਵੀ ਸਿਆਸੀ ਸ਼ਹਿਰ ਥੱਲੇ ਸਾਰਾ ਕੁਝ ਹੋ ਰਿਹਾ ਵਾ, ਅੱਗੇ ਵੀ ਹੁੰਦਾ ਰਹਿਣਾ ਵਾ। ਸਿਰ ਮੁਸ਼ਕਲਾਂ ਆਉਣੀਆਂ ਵਾ, ਆਮ ਲੋਕਾਂ ਨੂੰ, ਆਮ ਪਬਲਿਕ ਨੂੰ ਮੁਸ਼ਕਲਾਂ ਆਉਣਗੀਆਂ, ਉਹਨਾਂ ਦੀ ਪੁੱਛ ਪੜਤਾਲ ਜ਼ਿਆਦਾ ਹੋਊਗੀ, ਉਹਨਾਂ ਨੂੰ ਪੜਤਾਲਤ ਲੋਕ ਜਿਹੜੇ BSF ਦੇ ਮੁਲਾਜ਼ਮ ਜ਼ਿਆਦਾ ਕਰਨਗੇ, ਪਬਲਿਕ ਵਾਸਤੇ ਮੁਸ਼ਕਲਾਂ ਆਉਣਗੀਆਂ, ਨਾ ਕਿ ਇਹਦਾ ਕੋਈ ਹੱਲ ਵਾਲੀ ਗੱਲ ਨਹੀਂ ਹੋਣੀ। ਸਿੰਘੂ ਬਾਰਡਰ ਜਿਹੜਾ ਕੱਲ੍ਹ ਕਤਲ ਹੋਇਆ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸਿੰਘੂ ਬਾਰਡਰ ਉਹ ਜਾਂਚ ਦਾ ਵਿਸ਼ਾ ਜੀ,
ਉਹ ਸਰਕਾਰ ਜ਼ਿੰਮੇਵਾਰ ਵਾ। ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਸਰਕਾਰ ਆਪਣੀਆਂ ਏਜੰਸੀਆਂ ਤੋਂ ਅਟੈਕ ਕਰਵਾ ਸਕਦੀ ਆ, ਉਹ ਕਿਹੜੇ ਤਰੀਕੇ ਨਾਲ ਗਿਆ, ਕੀ ਹੋਇਆ ਵਾ, ਇਹ ਸਰਕਾਰ ਆਪਣੇ ਕਿਸੇ ਇਮਾਨਦਾਰ ਅਫਸਰ ਤੋਂ ਜਾਂਚ ਕਰਵਾ ਕੇ ਅਤੇ ਜਨਤਾ ਦੇ ਸਾਹਮਣੇ ਸੱਚ ਲਿਆਉਂਦਾ ਜਾਵੇ ਵੀ ਉਹਦਾ ਜਾਣ ਦਾ ਕੀ ਕਾਰਨ ਸੀ। ਜਿਹੜੀ ਉਹਨੂੰ ਉਹਨੂੰ ਮਾਰਨ ਦੀ ਗੱਲ ਵਾ, ਉਹ ਨੇ ਸਿੰਘ ਨੇ ਸਰੈਂਡਰ ਕਰ ਰਿਹਾ ਵਾ, ਉਹ ਆਪਣੀ ਜਾਂਚ ਦੇ ਵਿੱਚ ਆ ਗਿਆ ਵਾ, ਉਹ ਆਪਣਾ ਦੱਸੂਗਾ ਵੀ ਕਿਉਂ ਕੀ ਕਾਰਨ ਵਾ। ਤਾਂ ਇਹ ਸਨ ਜੀ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਜਿਨ੍ਹਾਂ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਕੇਂਦਰ ਸਰਕਾਰ ਜਿਹੜੀ ਫੌਜ ਲਗਾਈ ਗਈ ਆ, ਅੱਤ ਨੰਦਨ ਯੋਗ ਆ। ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ, ਅਸੀਂ ਆਪ ਦਿਖਾਵਾਂਗੇ ਕੈਮਰੇ ਰਾਹੀਂ ਵੀ ਜਿਹੜਾ ਇਸ ਅੰਦੋਲਨ ਵਿੱਚ ਨਾ ਕਿ ਕਿਸਾਨ ਨਾ ਕਿ ਬੀਬੀਆਂ ਵੀ ਮੋਢੇ ਨਾਲ ਮੋਢਾ ਜੋੜ ਕੇ ਇਹ ਨਾਲ ਕਿਸਾਨ ਦਾ ਅੰਦੋਲਨ ਦਾ ਹਿੱਸਾ ਬਣ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਇਹ ਇੱਥੇ ਲਗਾਇਆ ਗਿਆ ਪੁਤਲਾ ਸਾੜਿਆ ਜਾਊਗਾ, ਜਿਹੜਾ ਮੋਦੀ ਸਰਕਾਰ ਦਾ, ਮੋਦੀ ਦਾ ਪੁਤਲਾ, ਅੰਬਾਨੀ ਅਡਾਨੀ ਅਤੇ ਜੋਗੀ ਦੇ ਨਾਲ, ਅਜੇ ਮਿਸ਼ਰਾ ਦੇ ਨਾਲ ਇਹਨਾਂ ਦੇ ਸਾਰੇ ਪੁਤਲੇ ਸਾੜੇ ਜਾਣਗੇ। ਖੱਟਰ ਸਰਕਾਰ ਵੱਲੋਂ ਸਾਰਾ ਬੀਬੀਆਂ ਨਾਲ ਭੈਣ ਜੀ ਨਾਲ ਗੱਲ ਕਰਾਂਗੇ। ਭੈਣ ਜੀ ਕੀ ਕਰਨਾ ਚਾਹੋਗੇ ਜਿਹੜਾ ਅੱਜ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਜਾ ਰਿਹਾ? ਅੱਜ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਸਾੜ ਕੇ ਹੀ ਜਿਹੜਾ ਇਹੋ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਬਦੀ ਦੇ ਨੇਕੀ ਦਾ ਜਿਹੜਾ ਇਹ ਸ਼ੁਰੂ ਤੋਂ ਮਤਲਬ ਦੁਸਹਿਰੇ 'ਤੇ ਤਿਉਹਾਰ ਮਨਾਉਂਦੇ ਆਏ ਹਾਂ, ਅਤੇ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਕਿ ਜਿਹੜਾ ਕਿ ਆ ਜਿਹੜਾ PM ਦਾ ਜਿਹੜਾ ਪਿਛਲੇ ਸਾਲ ਵੀ ਦੁਸਹਿਰਾ ਮਨਾ ਕੇ ਜਿਹੜਾ ਇਹਨਾਂ ਦਾ ਪੁਤਲਾ ਫੂਕਿਆ ਜੀ, ਅਤੇ ਇਸ ਵਾਰ ਵੀ ਸਾਡਾ ਇਹੋ ਸੁਨੇਹਾ ਆ ਕਿ ਜਿਹੜਾ ਆ ਮਤਲਬ ਨੇਕੀ ਦੇ ਰਾਹ 'ਤੇ ਚੱਲਣਗੇ ਅਤੇ ਵਧੀਆ, ਅਤੇ ਨਹੀਂ ਤਾਂ ਜਿਹੜੇ ਆਹ ਵਾਲੇ ਹਾਲਾਤ ਇਹਨਾਂ ਦੇ ਉਹ ਬਹੁਤ ਮਾੜੇ ਆ, ਅਤੇ ਜਿਹੜੇ ਆ ਕਿਸਾਨੀ ਕਿਤੇ ਵਾਸਤੇ ਆ ਬਹੁਤ ਜਿਹੜਾ ਇਹਨਾਂ ਨੇ ਮਾੜਾ ਸੋਚਿਆ, ਹਰ ਇੱਕ ਵਰਗ ਦਾ ਮਾੜਾ ਸੋਚਿਆ, ਅਤੇ ਇਹਨਾਂ ਨੂੰ ਆਪਣਾ ਚੰਗਾ ਭਵਿੱਖ ਵਾਸਤੇ ਪੰਜਾਬ ਵਾਸਤੇ ਜਿਹੜਾ ਵਧੀਆ ਸੋਚਣਾ ਚਾਹੀਦਾ, ਅਤੇ ਜਿਹੜੇ ਆ ਦੁਸਹਿਰੇ ਆ ਤਿਉਹਾਰ ਜਿਹੜੇ ਆ ਇਹਨਾਂ ਦੇ ਨਾਂ 'ਤੇ ਰਿਲੇਟਡ ਹੋਏ ਆ, ਸਭ ਤੋਂ ਵੱਡੀ ਮੰਦਭਾਗੀ ਘਟਨਾ ਆ ਜਿਹੜਾ ਕਿ MP ਦਾ ਜਿਹੜਾ ਇੱਕ ਪੁਤਲਾ ਫੂਕਿਆ ਜਾਂਦਾ ਆ, ਅਤੇ ਉਹ ਨਹੀਂ ਫੂਕਣਾ ਚਾਹੀਦਾ, ਪਰ ਸਾਡੀ ਮਜਬੂਰੀ ਬਣ ਗਈ ਆ ਕਿ ਆਪਣੇ ਪੁਤਲੇ ਫੂਕ ਕੇ ਹੀ ਪੰਜਾਬ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਆਪਣੇ ਜਿਹੜੇ ਆ ਜਜ਼ਬਾਤ, ਆਪਣੀਆਂ ਮੰਗਾਂ, ਆਪਣੇ ਜਿਹੜੇ ਆ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਲੋਕਾਂ ਦੀ ਆ ਉਹ ਸੁਣਵਾਈ ਕੀਤੀ ਜਾਵੇ, ਅਤੇ ਜਿਹੜੇ ਲੋਕਾਂ ਦੇ ਹੱਕ ਹਕੂਕ ਦੀ ਜਿਹੜੇ ਆ ਉਹ ਫੈਸਲੇ ਉਹਨਾਂ ਦੇ ਹੱਕ ਵਿੱਚ ਕੀਤੇ ਜਾਣ। ਚੁੱਲ੍ਹਾ ਚੌਂਕਾ ਛੱਡ ਕੇ ਅੱਜ ਸੜਕਾਂ ਦੇ ਬੀਬੀਆਂ ਬੈਠੇ, ਕਿਸ ਤਰ੍ਹਾਂ ਦੇਖਦੇ ਹੋ ਬੀਬੀਆਂ ਦੀ ਮਜਬੂਰੀ? ਵੇਖੋ ਜੀ ਚੌਂਕਾ ਚੁੱਲ੍ਹਾ ਛੱਡ ਕੇ ਆਉਣਾ ਜਿਹੜਾ ਬੀਬੀਆਂ ਦੀ ਮਜਬੂਰੀ ਬਣ ਗਈ ਆ, ਜੇ ਸਾਡੇ ਚੌਂਕੇ ਚੁੱਲ੍ਹੇ ਦੀ ਅੱਗੇ ਆ ਬੁਝਣ ਜਾ ਰਹੀ ਆ, ਸਾਡੀ ਕਿਸਾਨੀ ਕਿੱਤਾ ਖਤਮ ਹੋਣ ਜਾ ਰਿਹਾ, ਅਤੇ ਬੀਬੀਆਂ ਦੇ ਆਪਣੇ ਆਪ ਵੀ ਅੱਗੇ ਆ ਮੁਹਾਰੇ ਆਉਣਗੀਆਂ, ਕਿਉਂਕਿ ਬੀਬੀਆਂ ਦੇ ਬੱਚਿਆਂ ਦਾ ਸਵਾਲ ਆ, ਪੰਜਾਬ ਦਾ ਸਵਾਲ, ਭਵਿੱਖ ਦਾ ਸਵਾਲ ਆ, ਅਤੇ ਬੀਬੀਆਂ ਵਿਚਾਰੀਆਂ ਨੇ ਚੌਂਕਿਆਂ ਵਿੱਚ ਫੂਕਾ ਮਾਰ ਮਾਰ ਕੀ ਕਰਨਾ ਜੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਨਸ਼ੇ ਵਿੱਚ ਬਹਿ ਗਏ ਆ, ਜਿਹੜੀ ਕਿਸਾਨੀ ਮਾੜੀ ਚੰਗੀ ਉਹਦਾ ਲੱਕ ਟੁੱਟ ਗਿਆ, ਅਤੇ ਇਹਦੇ ਆਧਾਰ 'ਤੇ ਜਿਹੜੀਆਂ ਬੀਬੀਆਂ ਵੀਰਾਂ ਭਰਾਵਾਂ ਦਾ ਜਿਹੜਾ ਵੱਧ ਤੋਂ ਵੱਧ ਸਾਥ ਦੇਣਗੀਆਂ, ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਜਿਹੜਾ ਉਹ ਤਿੱਖਾ ਕਰਨਗੇ। ਇਹ ਸਨ ਜੀ ਕਿਸਾਨ ਜਿਨ੍ਹਾਂ ਨੇ ਗੱਲ ਕੀਤੀ, ਚੁੱਲ੍ਹਾ ਚੌਕਾ ਸਾਂਭਣ ਵਾਲੀਆਂ ਬਣ ਚੁੱਕੀਆਂ ਗਏ, ਕਿਉਂਕਿ ਮੋਦੀ ਸਰਕਾਰ ਵੱਲੋਂ ਜਿਹੜੇ ਬਿੱਲ ਅੱਜ ਤੱਕ ਰਾਤੋਂ ਰਾਤ ਦਿੱਤੇ ਗਏ, ਹੁਣ ਦੇਖਣਾ ਇਹ ਹੋਏਗਾ ਕਿ ਮੋਦੀ ਸਰਕਾਰ ਵੱਲੋਂ ਕਿੰਨੀ ਜਲਦੀ ਇਹ ਬਿੱਲ ਵਾਪਸ ਲਏ ਜਾਂਦੇ ਹਨ। ਕੁਲਦੀਪ ਸਿੰਘ ਦੀਪਾ, ਸਕਾਈ ਨਿਊਜ਼ ਪੰਜਾਬ, ਤਰਨਤਾਰਨ।